ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇ ਗਾਵਤੇ ਉਤਰੇ ਸੁਣਦੇ ਉਤਰੇ ਬਿਨਸੇ। ਫਿਰ ਮਹਾਰਾਜ ਕੋਈ ਐਸਾ ਹੈ ਪਸ਼ੂ ਪ੍ਰੇਤ ਮੁਗਧ ਕੋ ਉਤਾਰ, ਤੂੰ ਤੇ ਸਾਰਿਆਂ ਦੇ ਉਧਾਰ ਕਰ ਦਿੰਦਾ, ਪਾਹਨ ਪਾਰ ਉਤਾਰੇ, ਪੱਥਰਾਂ ਵਰਗੇ ਵੀ ਤਾਰ ਦਿੰਦਾ, ਪਸ਼ੂ ਬਿਰਤੀ ਵਰਗੇ ਵੀ ਤਾਰ ਦਿੰਦਾ। ਬਾਲੇ ਅਕਿਰਤ ਕਣਾ ਪੂਰਨ ਰਿਸ਼ਟ ਦੇ ਦਿੰਦਾ, ਅਕਿਰਤ ਕਣਾ ਨੂੰ ਪਾਲ ਦਿੰਦਾ ਹੈ। ਇਹ ਤੂੰ ਹੀ ਐਸਾ ਹੈ। ਸਾਡੇ ਨਾਲ ਕੋਈ ਥੋੜ੍ਹਾ ਜਿਹਾ ਧੋਖਾ ਕਰਦੇ ਤੇ ਆਪਾਂ ਉਹਦੀ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਦੇ, ਪਰ ਮਹਾਰਾਜ ਤੂੰ ਐਸਾ ਅਕਿਰਤ ਕਣ ਤੇਰੇ ਕੋਲ ਲੈ ਤੇ ਲੈਂਦੇ ਨੇ ਪਰ ਸ਼ੁਕਰਾਨਾ ਨਹੀਂ ਕਰਦੇ, ਲੈ ਤੇ ਲੈਂਦੇ ਨੇ ਪਰ ਸ਼ੁਕਰਾਨਾ ਨਹੀਂ ਕਰਦੇ, ਉਹਨੂੰ ਕਹਿੰਦੇ ਅਕਿਰਤ ਕਣ। ਪਰ ਕਹਿੰਦੇ ਮਹਾਰਾਜ ਪਾਤਸ਼ਾਹ ਬੱਚਨ ਕਹਿੰਦੇ ਉਹਨਾਂ ਨੂੰ ਵੀ ਦੇ ਜਾਂਦਾ, ਉਹਨਾਂ ਨੂੰ ਵੀ ਭੁੱਖੇ ਨਹੀਂ ਮਾਰਦਾ, ਉਹਨਾਂ ਦੀ ਵੀ ਕਟੌਤੀ ਨਹੀਂ ਹੁੰਦੀ। ਪਾਲੇ ਅਕਿਰਤ ਕਣਾ ਪੂਰਨ ਤੇਰੀ ਰਾਮ, ਫਿਰ ਅਗਾਧ ਬੋਧ ਅਪਾਰ ਕਰਦੇ ਮੋਹਿ ਨੀਚ ਕਸ਼ਮਾ। ਤੂੰ ਤੇ ਅਗਾਧ ਬੋਧ ਹੈ ਤੇ ਮੈਂ ਹੀ ਨੀਚ ਹਾਂ, ਮੇਰੀ ਬੁੱਧੀ ਛੋਟੀ ਹੈ। ਕਿਉਂ ਜੀ? ਰਤਨ ਤਿਆਗ ਸੰਗ ਰਹਿਣ ਕੌਡੀ, ਰਤਨਾ ਵਰਗਾ ਨਾਮ ਛੱਡ ਕੇ ਤੇ ਕੌਡੀਆਂ ਇਕੱਠੀਆਂ ਕਰਨ ਵਾਸਤੇ ਲੱਗਾ, ਤੇਰੇ ਪਸ਼ੂਆਂ ਵਾਲੀ ਮਿਲਦੀ ਹੋਗੀ। ਪਸ਼ੂ ਦੇ ਗਲ ਵਿੱਚ ਹੀਰਾ ਬੰਨਦੇ ਹੋ, ਲਾਲ ਬੰਨਦੇ ਹੋ, ਡਾਇਮੰਡ ਬੰਨਦੇ ਹੋ, ਸੋਨਾ ਬੰਨਦੇ ਹੋ, ਉਹਨੂੰ ਕੀ ਪਤਾ? ਉਹਨੂੰ ਨੀ ਪਤਾ ਕੁਛ। ਕਹਿੰਦੇ ਮੇਰੀ ਵੀ ਮਿਲਦੀ ਨਾ ਪਸ਼ੂਆਂ ਵਰਗੀ ਆ, ਮੈਨੂੰ ਪਤਾ ਲੱਗਦਾ ਇਹ ਰਤਨਾ ਰੂਪੀ ਨਾਮ ਛੱਡ ਕੇ ਨਾ ਤੇ ਹੋਰ ਹੋਰ ਪਾਸੇ ਤੁਰਾ ਕਰ। ਪਰ ਜਿਹਦੇ ਪਿੱਛੇ ਮੈਂ ਦੌੜਾ ਲਾਉਂਦਾ ਨਾ, ਤਿਆਗ ਚਲਦੀ ਮਹਾਂ ਚੰਚਲ ਦੋਖ ਕਰ ਕਰ ਜੋੜੀ, ਬੜੇ ਪਾਪ ਕੀਤੇ, ਬੜੇ ਪਾਪ ਕੀਤੇ ਕੱਚੀ ਕਰਨ ਵਾਸਤੇ। ਪਾਪਾਂ ਵਾਜੋਂ ਹੋਵੇ ਨਾ ਮੋਇਆ ਸਾਥ ਮੈਂ। ਪਰ ਮਹਾਰਾਜ ਨਾਨਕ ਸ਼ਰਨ ਸਮਰੱਥ ਸੁਆਮੀ ਪੈਰ ਰੱਖੋ, ਸਾਰੇ ਪਾਪ ਕਰਦੇ ਕੋਈ ਐਸਾ ਪਾਊਗਾ ਨਹੀਂ, ਸਭ ਔਗੁਣ ਮੈਂ ਗੁਣ ਨਹੀਂ, ਕੋਈ ਇੱਕ ਵੀ ਗੁਣ ਨਹੀਂ ਤੇ ਔਗਣਾ ਨਾਲ ਭਰਿਆ ਹੈ। ਕਿਉਂ ਕਰ ਕੰਤ ਮਿਲਾਵਾ ਹੋਈ, ਤੇ ਜੇ ਗੁਣਾਂ ਨਾਲ ਗੱਲ ਬਣਦੀ ਹੋਵੇ ਤੇ ਫਿਰ ਵਾਹਿਗੁਰੂ ਪਰਮਾਤਮਾ ਦੀ ਖੁਸ਼ੀ ਨਹੀਂ ਲਈ ਜਾਣੀ, ਆਪਾਂ ਤੇ ਔਗਣਾ ਨਾਲ ਭਰੇ ਹਾਂ। ਇੱਕ ਜੀ ਡਾਕਟਰ ਤਨੇਜਾ ਆਪਣੇ ਨਾਲ ਬਚਨ ਕੀਤਾ ਹੋਵੇਗਾ, ਉਹਨਾਂ ਨੇ ਆਪਣੀ ਇੱਕ ਕਿਤਾਬ ਲਿਖੀ, ਕਹਿੰਦੇ ਮੈਂ ਨਾ ਟ੍ਰੇਨ ਵਿੱਚ ਕਿਤੇ ਜਾ ਰਿਹਾ ਸੀ ਤੇ ਟ੍ਰੇਨ ਦੇ ਵਿੱਚ ਇੱਕ ਮੇਰੇ ਲਾਗੇ ਹੋਰ ਵੀ ਗਰੀਬ ਜਿਹਾ ਬੈਠਾ, ਉਹਨੇ ਗੰਦੇ ਜਿਹੇ ਕੱਪੜੇ ਪਾਏ ਬੈਠਾ ਹੋਇਆ, ਤੇ ਜਿੱਦਾਂ ਸਾਡਾ ਸੁਭਾਅ ਹੈ ਨਾ ਲਾਗੇ ਕੋਈ ਬੈਠਾ ਹੋਇਆ ਤਾਂ ਪੁੱਛ ਹੀ ਨਹੀਂ ਦਾ ਭਾਈ ਕਿੱਧਰ ਜਾਣਾ, ਕਿੱਧਰੋਂ ਆਏ, ਕੀ ਕਰਦੇ। ਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਉਹਦੇ ਪਹਿਰਾਵੇ ਵੱਲ ਦੇਖ ਕੇ, ਮੈਂ ਕਿਹਾ ਕੀ ਕਰਦਾ? ਉਹ ਕਹਿੰਦਾ ਮੈਂ ਸਰੀਰ ਦਾ ਕੰਮ ਕਰਦਾ, ਸਫਾਈ ਕਰਮਚਾਰੀ, ਗੰਦਗੀ ਸਾਫ਼ ਕਰ। ਕਹਿੰਦੇ ਜਦੋਂ ਇੱਦਾਂ ਨੇ ਕਿਹਾ ਮੈਂ ਗੰਦਗੀ ਸਾਫ਼ ਕਰਦਾ, ਜਦੋਂ ਆਪਾਂ ਤੇ ਜਮਾਦਾਰ ਵੀ ਕਹਿ ਲਈ ਤਾਂ ਹੋਰ ਵੀ ਕੁਛ ਕਹਿ ਲਈ ਸਫਾਈ ਕਰਮਚਾਰੀ। ਕਹਿੰਦੇ ਜਦੋਂ ਇੱਦਾਂ ਕਿਹਾ ਨਾ ਤਾਂ ਮੈਂ ਉਹ ਥੋੜ੍ਹਾ ਹਟ ਕੇ ਪਿੱਛੇ ਬਹਿ ਗਿਆ, ਇਹਦਾ ਤਾਂ ਬੜਾ ਗੰਦਾ ਕੰਮ, ਤੇ ਨਾਲੇ ਮੈਂ ਕਿਹਾ ਬੜਾ ਡਰਦੀ ਬੜਾ ਗੰਦਾ ਕੰਮ, ਐਸਾ ਗੰਦਾ ਕੰਮ ਪਤਾ ਨਹੀਂ ਕਿੱਦਾਂ ਕਰਦੇ। ਤੇ ਮੈਂ ਥੋੜ੍ਹਾ ਜਿਹਾ ਹਟ ਕੇ ਘਿਰਨਾ ਜੀ ਕੀਤੀ, ਕੱਪੜੇ ਵੈਸੇ ਪਾਏ ਸੀ ਪਰੇ ਉੱਠ ਪੈ ਗਏ। ਕਹਿੰਦੇ ਕੁਝ ਦੇਰ ਆਪਾਂ ਨਾ ਚੁੱਪ ਕਰਕੇ ਬੈਠੇ ਰਹੇ ਤੇ ਚੱਲਦਿਆਂ ਚੱਲਦਿਆਂ ਉਹ ਜਿਹੜਾ ਸੀ ਨਾ ਉਹ ਮੈਨੂੰ ਪੁੱਛਣ ਲੱਗਾ,
ਕਹਿਣ ਲੱਗਾ ਜੀ ਤੁਸੀਂ ਜੈਂਟਲਮੈਨ ਹੋ, ਤੁਸੀਂ ਕੀ ਕੰਮ ਕਰਦੇ ਹੋ? ਕਹਿੰਦੇ ਮੈਂ ਨਾ ਮਨੋਵਿਗਿਆਨਿਕ ਡਾਕਟਰ ਹੈ, ਮਨੋਵਿਗਿਆਨ ਦਿਮਾਗ ਪੜ੍ਹਦਾ ਲੋਕਾਂ ਦਾ, ਸਹੀ ਕਰਦਾ। ਉਹ ਕਹਿੰਦੇ ਹੱਸ ਪਿਆ, ਕਹਿੰਦੇ ਕਮਾਲ ਹੈ, ਮੈਂ ਤੇ ਬਾਹਰ ਦੀ ਸਫਾਈ ਕਰਦੇ, ਬਾਹਰ ਗੰਦਗੀ ਤੇ ਘੱਟ ਹੈ ਪਰ ਲੋਕਾਂ ਦੇ ਦਿਮਾਗ ਵਿੱਚ ਤੇ ਇੰਨੀ ਗੰਦਗੀ ਹੈ ਉਹ ਗਿਣੀ ਵੀ ਨਹੀਂ ਜਾ ਸਕਦੀ। ਤੂੰ ਤੇ ਮੇਰੇ ਨਾਲ ਵੀ ਗੰਦਾ ਕੰਮ ਕਰਦੇ, ਤੂੰ ਤੇ ਮੇਰੇ ਨਾਲ ਵੀ ਗੰਦਾ ਕੰਮ ਹੈ। ਸੰਸਾਰ ਦੇ ਲੋਕਾਂ ਦੇ ਮਨ ਵਿੱਚ ਇਤਨੀ ਗੰਦਗੀ ਦੇ ਲਾਭ ਦੀ ਕੋਈ ਨਹੀਂ, ਇਸ ਲਈ ਤੂੰ ਤੇ ਮੇਰੇ ਨਾਲ ਵੀ ਜ਼ਿਆਦਾ ਗੰਦਾ ਕਰਦਾ ਕੰਮ ਕਰਦਾ, ਮੇਰੇ ਨਾਲ ਜ਼ਿਆਦਾ ਗੰਦਾ ਕਰਦਾ। ਤੇ ਕਹਿੰਦੇ ਉਦੋਂ ਮੇਰੀਆਂ ਅੱਖਾਂ ਖੁੱਲ ਗਈਆਂ, ਗੱਲ ਜੀ ਮਨੁੱਖ ਦੇ ਮਨ ਵਿੱਚ, ਮਨੁੱਖ ਦੇ ਦਿਮਾਗ ਵਿੱਚ ਇਤਨੀ ਗੰਦਗੀ ਭਰੀ ਹੈ ਜਿਹੜੀ ਬਾਹਰ ਦਿਖਦੀ ਹੈ ਨਾ, ਉਹਦੇ ਮੁਕਾਬਲੇ ਕੁਝ ਵੀ ਨਹੀਂ। ਕਿਤੇ ਹਿਸਾਬ ਕਿਤਾਬ ਲਾਉਣ ਲੱਗੀ, ਪਰ ਬਾਹਰ ਦੀ ਗੰਦਗੀ ਤੇ ਆਪਾਂ ਸਾਫ਼ ਕਰ ਸਕਦੇ ਹਾਂ, ਪਰ ਅੰਦਰ ਦੀ ਗੰਦਗੀ ਉਹ ਧੋਪੈ ਨਾ ਬਹਿ ਗਿਆ। ਉਹ ਤੇ ਬਾਣੀ ਪੜਿਆ, ਨਾਮ ਜਪਿਆ, ਸਿਮਰਨ ਕੀਤਿਆਂ, ਗੁਰੂ ਦੀ ਸੰਗਤ ਕੀਤਿਆਂ, ਗੁਰੂ ਦਾ ਗਿਆਨ ਲਿਆ ਹੀ ਸਾਫ਼ ਹੋਣੀ ਹੈ ਗੰਦਗੀ। ਤੇ ਕਹਿੰਦੇ ਉਸ ਦਿਨ ਨਾ ਮੈਨੂੰ ਗਿਆਨ ਹੋ ਗਿਆ ਤੇ ਮੈਂ ਭਾਲ ਵਿੱਚ ਨਿਕਲ ਗਿਆ ਕਿ ਹਾਂ ਇਹ ਗੱਲ ਠੀਕ ਹੈ, ਪਰ ਇਹ ਗੰਦਗੀ ਸਾਫ਼ ਕਿਵੇਂ ਹੋਣੀ ਹੈ? ਤੇ ਫਿਰ ਮੈਂ ਪਰਮਾਤਮਾ ਦੇ ਪਾਸੇ ਚੱਲਿਆ ਤੇ ਫਿਰ ਪਤਾ ਲੱਗਾ ਸੱਚ ਹੋਰ ਹੈ, ਮੈਂ ਕੁਝ ਹੋਰ ਸਮਝ ਬੈਠੀ। ਤੇ ਜਦੋਂ ਗਿਆਨ ਹੋ ਜਾਂਦਾ ਨਾ ਤੇ ਫਿਰ ਸਾਹਿਬ ਜੀ ਫਿਰ ਆਪਾਂ ਇਹ ਅਰਦਾਸ ਕਰਦੇ ਹਾਂ, ਮਹਾਰਾਜ ਨਾਨਕ ਸ਼ਰਨ ਸਮਰੱਥ ਸੁਆਮੀ ਵੈਦ ਰੱਖੋ ਮੇਰੀ ਸਾਰੇ ਰੋਗ, ਇੱਕ ਵੀ ਗੁਣ ਨਹੀਂ ਪਰ ਤੇਰੀ ਸ਼ਰਨ ਵਿੱਚ ਆਇਆ। ਮਹਾਰਾਜ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਜਿਵੇਂ ਸਮੁੰਦਰ ਜਲ ਨਾਲ ਭਰਿਆ ਅਸੀਂ ਔਗਣਾਂ ਨਾਲ ਭਰੇ ਹਾਂ, ਪਰ ਤੂੰ ਐਸਾ ਹੈ ਦਇਆ ਕਰੋ ਕਿਛ ਮੇਰੇ ਕੋ ਬਾਬੋ। ਪੱਤਰ ਤਰ ਸਕਦਾ ਪੱਤਰ ਨਹੀਂ ਤਰ, ਪੱਤਰ ਤੇ ਉਸੇ ਵੇਲੇ ਡੁੱਬ ਜਾਂਦਾ। ਆਪਨੇ ਬੜੀ ਵਾਰ ਬਚਨ ਸੁਣਿਆ ਹੋਣਾ ਨਾ, ਭਾਈ ਨੰਦ ਲਾਲ ਜੀ ਨੂੰ ਪੁੱਛਿਆ ਸੀ ਕਲਗੀਧਰ ਪਾਤਸ਼ਾਹ, ਕਹਿੰਦੇ ਨੰਦ ਲਾਲ ਆਹ ਪੱਥਰ ਹੱਥ ਵਿੱਚ ਸਤਿਗੁਰਾਂ ਦੇ ਸੀ, ਨਦੀ ਵਿੱਚ ਸੁੱਟਦਾ, ਕਹਿੰਦੇ ਕਿਉਂ ਡੁੱਬ ਗਏ? ਕਥਾ ਵਾਚਕਾਂ ਵੱਲੋਂ ਬਹੁਤ ਵਾਰ ਸੁਣਿਆ ਹੋਵੇਗਾ, ਕਿਉਂ ਡੁੱਬ ਗਿਆ? ਇੱਕ ਸਿੱਖ ਨੇ ਕਿਹਾ ਮਹਾਰਾਜ ਭਾਰਾ ਹੁੰਦਾ ਹੈ ਤਾਂ ਡੁੱਬ ਗਿਆ, ਪੱਥਰ ਦਾ ਕੰਮ ਹੈ ਡੁੱਬ ਜਾਣਾ। ਦੂਜੇ ਨੇ ਕਿਹਾ ਮਹਾਰਾਜ ਡੁੱਬਣਾ ਹੀ ਸੀ, ਇਹਦਾ ਸੁਭਾਅ ਹੈ ਕਿ ਅੰਦਰ ਦਾ ਕਠੋਰ ਹੈ। ਤੇ ਜਦੋਂ ਭਾਈ ਸਾਹਿਬ ਨੂੰ ਪੁੱਛਿਆ ਨਾ, ਉਹ ਕਹਿੰਦੇ ਮਹਾਰਾਜ ਇਹਨੇ ਡੁੱਬਣਾ ਸੀ। ਕਹਿੰਦੇ ਕਿਉਂ? ਕਹਿੰਦੇ ਤੁਹਾਡੇ ਹੱਥ ਵਿੱਚੋਂ ਛੁੱਟ ਗਏ, ਉਚਾਰਨ ਕਰੋ ਸਹੀ। ਜਿਹੜਾ ਦੀਨ ਦੁਨੀ ਦੇ ਮਾਲਕ ਧਰਮ ਨੂੰ ਕਲਗੀਧਰ ਮਹਾਰਾਜ ਦੇ ਹੱਥ ਵਿੱਚੋਂ ਛੁੱਟ ਗਿਆ ਨਾ, ਦੁਨੀਆਂ ਦੀ ਕੋਈ ਤਾਕਤ ਨਹੀਂ ਉਹਨੂੰ ਡੁੱਬਣੋਂ ਬਚਾ ਸਕੇ, ਉਹਨੇ ਡੁੱਬਣਾ ਹੀ ਡੁੱਬਣਾ। ਮਹਾਰਾਜ ਇਹਨੇ ਡੁੱਬਣਾ ਹੀ ਸੀ, ਜਿੰਨੀ ਦੇਰ ਤੁਹਾਡੇ ਹੱਥਾਂ ਵਿੱਚ ਸੀ ਨਾ ਇਹ ਖੇਡਾਂ ਕਰਦਾ ਸੀ, ਮੌਜਾਂ ਕਰਦਾ ਸੀ, ਹੱਥ ਚੋਂ ਨਿਕਲਦੇ ਵੀ ਡੁੱਬ ਗਏ। ਇਸੇ ਲਈ ਅਸੀਂ ਅਰਦਾਸ ਕਰਦੇ ਹਾਂ, ਮਹਾਰਾਜ ਆਪਣੇ ਚਰਨਾਂ ਨਾਲ ਜੋੜੀ ਰੱਖੀ, ਆਪਣੀ ਕਿਰਪਾ ਰਹਿਮਤ ਦੇ ਪਾਤਰ ਬਣਾਈ ਰੱਖੀ। ਇਹ ਅਰਦਾਸ ਹੈ ਜਦੋਂ ਭਾਵਨਾ ਨਾਲ ਆਪਾਂ ਸਿਲੰਡਰ ਕਰਦੇ ਨਾ ਗੁਰੂ ਅੱਗੇ, ਜਦੋਂ ਸਿਲੰਡਰ ਕਰ ਦਿੰਦੇ ਹਾਂ ਤੇ ਫਿਰ ਉਦੋਂ ਹੀ ਆਪਾਂ ਇਹ ਗੱਲ ਕਹਿ ਸਕਦੇ ਹਾਂ, ਮਹਾਰਾਜ ਸਾਰੇ ਔਗਣ ਔਗਣ ਭਰੇ ਇੱਕ ਗੁਣ ਨਾਲ, ਸਾਰੇ ਔਗਣਾਂ ਨਾਲ ਭਰੇ ਇੱਕ ਗੁਣ ਨਾਲ। ਪਰ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਸ਼ਰਨਾਈ, ਤੇਰੀ ਸ਼ਰਨ ਆਏ ਹਾਂ ਕਿਰਪਾ ਕਰਕੇ ਰੱਖ ਲੈ। ਆਓ ਇੱਕ ਵਾਰੀ ਫਿਰ ਅਰਦਾਸ ਕਰੀਏ, ਸਹਿਬ ਜੀ ਮਦਦ ਕਰਦੇ, ਮੇਰੀ ਮਦਦ ਤੋਂ ਮਦਦ ਕਰੀਏ।
ਹਰਿਮੰਦਰ ਸਾਹਿਬ ਜੀ ਦਾ ਰਾਈ ਸੇਵਾ ਸੰਗਤ ਕਦਮ ਕਦਮ ਲੈ ਕੇ ਨਾਮ ਜੀ ਦਾ ਬਖਸ਼ਣ ਗੁਰੂ ਚਰਨਾਂ ਦਾ।